ਜੁਲਾਈ ਮਹੀਨੇ ਦੇ ਅੰਤ ਵਿੱਚ ਮੋਗਾ ਦੇ ਰੇਲਵੇ ਰੋਡ ਉੱਤੇ ਸਵੇਰ ਦੇ ਵਕਤ ਦੋ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨ ਦੇ ਬਾਹਰ ਬੈਠੇ ਦੁਕਾਨਦਾਰ ਤੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ ਸਨ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ CCTV ਵਿੱਚ ਕੈਦ ਹੋ ਗਈ ਸੀ। ਦੁਕਾਨਦਾਰ ਦੁਆਰਾ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਤੁਰੰਤ CCTV ਦੀ ਫੁਟੇਜ ਖੰਗਾਲ ਕੇ ਆਰੋਪੀਆਂ ਦੀ ਪਹਿਚਾਣ ਕਰਕੇ ਸ਼ਿਕਾਇਤਕਰਤਾ ਦੇ ਬਿਆਨ ਉੱਤੇ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਅੱਜ ਸਫਲਤਾ ਹਾਸਲ ਕਰਦੇ ਹੋਏ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਦੋ ਮੋਬਾਈਲ ਲੁਟੇਰਿਆਂ ਨੂੰ ਖੋਏ ਹੋਏ ਮੋਬਾਈਲ ਅਤੇ 3 ਹੋਰ ਮੋਬਾਈਲਾਂ ਦੇ ਨਾਲ ਹਿਰਾਸਤ ਵਿੱਚ ਲੈ ਲਿਆ। ਉਕਤ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਦੌਰਾਨ ਥਾਣਾ ਸਿਟੀ ਸਾਊਥ ਦੇ ਮੁਖੀ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ। ਅਠਾਈ ਸੱਤ ਨੂੰ ਮੋਬਾਈਲ ਚੋਰੀ ਹੋਇਆ ਸੀ। ਗਗਨ ਅਰੋੜਾ ਜੀ ਇਹਨਾਂ ਦੀ ਰੇਲਵੇ ਰੋਡ 'ਤੇ ਦੁਕਾਨ ਹੈ। ਇਹਨਾਂ ਨੇ ਉਹ ਆਪਣੇ ਕਿਤੇ ਸਵੇਰੇ ਸਿਰ 9-10 ਵਜੇ ਇਹਨਾਂ ਦੁਕਾਨ ਦੀ ਜਦੋਂ ਖੋਲ੍ਹੀ ਉਹ ਮੋਬਾਈਲ ਕਰ ਰਿਹਾ ਸੀ। ਇਹ ਦੋਵੇਂ ਮੁੰਡੇ ਭੁਪਿੰਦਰ ਸਿੰਘ ਅਤੇ ਸਤਪਾਲ ਸਿੰਘ ਇਹ ਮੋਟਰਸਾਈਕਲ 'ਤੇ ਸੀ, ਜਿਹਨਾਂ ਨੰਬਰੀ ਮੋਟਰਸਾਈਕਲ 'ਤੇ ਆਏ। ਇਹ ਉਹਦਾ ਮੋਬਾਈਲ ਛੀਨ ਕੇ ਲੈ ਗਏ। ਇਹਨਾਂ ਬੰਦਿਆਂ ਦੀ ਫੋਟੋ ਜਿਹੜੀ ਸੀ CCTV ਕੈਮਰੇ ਦੇ ਵਿੱਚ ਆ ਗਈ। ਮਦਈ ਮੁਕੱਦਮਾ ਨੇ ਇਹਨਾਂ ਦੀ ਸ਼ਨਾਖਤ ਕਰ ਲਈ, ਆਪਣੇ ਤੌਰ 'ਤੇ ਵੀ ਪੜਤਾਲ ਕਰਕੇ ਉਹਨਾਂ ਨੇ ਇਹਨਾਂ ਦੇ ਖਿਲਾਫ਼ ਬਾਈਨੇਮ ਮੁਕੱਦਮਾ ਦਰਜ ਕਰਾਇਆ। ਇਹਨਾਂ ਨੂੰ ਬਾਈਨੇਮ ਮੁਕੱਦਮਾ ਦਰਜ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਗਾਂਧੀ ਰੋਡ ਤੋਂ ਇਹਨਾਂ ਦੀ ਅਸੀਂ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਇਕੱਠੇ। ਇਹਨਾਂ ਤੋਂ ਉਹ ਮਦਈ ਦੇ ਮੋਬਾਈਲ ਦੇ ਨਾਲ ਨਾਲ 3 ਮੋਬਾਈਲ ਹੋਰ ਜਿਹੜੇ ਵੱਖ ਵੱਖ ਥਾਵਾਂ 'ਤੇ ਚੋਰੀ ਕੀਤੇ ਸੀਗੇ ਉਹ ਵੀ ਅਸੀਂ ਰਿਪੋਰਟ ਕੀਤੇ। ਕੋਈ ਹੋਰ ਵੀ ਕੋਈ ਮਾਮਲਾ ਪਹਿਲਾਂ ਦਰਜ ਹੈਗਾ ਕਿਸ ਤਰ੍ਹਾਂ? ਜਿਹੜਾ ਹਾਂਜੀ ਇਹਨਾਂ 'ਤੇ ਇੱਕ ਦੇ ਮਾਮਲਾ ਪਹਿਲਾਂ ਦਰਜ ਹੈਗਾ, ਇੱਕ ਲੜਾਈ ਝਗੜੇ 'ਤੇ ਐਕਸਾਈਜ਼ ਦਾ ਮੁਕੱਦਮਾ ਦਰਜ ਹੈ ਗੁਰਪਿੰਦਰ 'ਤੇ। ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਉੱਤੇ? ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਹੁਣ ਸਾਡੇ ਕੋਲ ਰਿਮਾਂਡ ਦੇ ਵਿੱਚ ਹੈ, ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਤੋਂ ਡੰਗਿਆਈ ਨਾਲ ਪੁੱਛਗਿੱਛ ਅਜਿਹੀ ਕੀਤੀ ਜਾ ਰਹੀ ਹੈ। ਆਵਾਜ਼ੀ ਕੌਮ TV ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।